ਫਿਰੋਜ਼ਪੁਰ ਵਿੱਚ ਮੈਰਿਜ ਪੈਲਸ ਦੇ ਬਾਹਰ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਵਿਆਹ ਸਮਾਗਮ ਦੇ ਦੌਰਾਨ ਆਪਸੀ ਵਿਵਾਦ ਵਿੱਚ ਪਹਿਲਾਂ ਪੈਲਸ ਦੇ ਮਾਲਕ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਮੈਰਿਜ ਪੈਲਸ ਦੇ ਬਾਹਰ ਇੱਕ ਸ਼ਖਸ ਨੇ ਪੁਲਿਸ ਦੀ ਮੌਜੂਦਗੀ ਵਿੱਚ ਹਵਾਈ ਗੋਲੀਆਂ ਚਲਾਈਆਂ। ਪੁਲਿਸ ਇਸ ਮਾਮਲੇ ਦੀ ਤਫਤੀਸ਼ ਦੇ ਵਿੱਚ ਜੁਟੀ ਹੋਈ ਹੈ। ਹਵਾਈ ਫਾਇਰਿੰਗ ਦੀ ਘਟਨਾ CCTV ਦੇ ਵਿੱਚ ਵੀ ਕੈਦ ਹੋ ਗਈ। ਉੱਥੇ ਹੀ ਮੈਰਿਜ ਪੈਲਸ ਦੇ ਮਾਲਕ ਰੋਹਿਤ ਨੇ ਦੱਸਿਆ ਕਿ ਉਹ DJ ਦੇ ਕੋਲ ਖੜਾ ਸੀ ਅਤੇ ਕੁਝ ਜਣਾਂ ਦੀ ਆਪਸ ਦੇ ਵਿੱਚ ਬਹਿਸ ਹੋ ਗਈ। ਜਿੱਥੇ ਬਾਰ ਬਣੀ ਹੋਈ ਸੀ ਉੱਥੇ 2-3 ਜਣੇ ਗਲਾਸਾਂ ਨੇ ਸਾਨੂੰ ਨਾਲ ਲੈ ਕੇ ਉਦਾਂ ਹੀ ਡਿੱਗੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਭਾਂਡੇ ਸੁੱਟਣੇ ਸ਼ੁਰੂ ਕਰ ਦਿੱਤੇ। ਜਦੋਂ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ, ਪਿਸਤੌਲ ਕੱਢ ਕੇ ਬਾਹਰ ਹਵਾਈ ਫਾਇਰ ਕੀਤੀ, ਜਿਸ ਦੀ ਕਿ ਘਟਨਾ CCTV ਦੇ ਵਿੱਚ ਕੈਦ ਹੋ ਗਈ। ਕੀ ਹੋਇਆ ਇੱਥੇ ਪੈਲਸ ਦੇ ਵਿੱਚ, ਕੀ ਘਟਨਾ ਵਾਪਰੀ ਹੈਗੀ ਹੈ? ਭਾਅ ਜੀ, ਫੰਕਸ਼ਨ ਚੱਲ ਰਿਹਾ ਸੀ, ਠੀਕ ਹੈ, ਅਤੇ ਮੈਨੂੰ ਨਹੀਂ ਪਤਾ ਉੱਥੇ ਕੀ ਇਹਨਾਂ ਦੀ ਆਪਸ 'ਚ ਗੱਲ ਹੋਈ ਹੈ, ਪਤਾ ਨਹੀਂ ਕੀ ਗੱਲ ਹੈ। ਮੈਂ DJ ਦੇ ਕੋਲ ਖਲੋਤਾ ਆਇਆ ਸੀ ਅਤੇ ਇਹਨਾਂ ਦੇ ਨਾ ਇਹ 3-4-5 ਜਣੇ ਵਾਪਿਸ ਆਏ ਬਾਰ ਦੇ, ਉੱਥੇ ਬਾਰ ਬਣੀ ਹੋਈ ਸੀ, ਉੱਥੇ ਖੜ੍ਹੇ ਹੋਏ ਅਤੇ ਇਹਨਾਂ ਦੇ ਵਿੱਚੋਂ ਨਾ ਇਹ 1-2 ਨੇ ਭਾਂਡੇ ਸਿੱਟਣੇ ਸਾਡੇ ਸ਼ੁਰੂ ਕਰਤੇ, ਠੀਕ ਹੈ। ਮੈਨੂੰ ਲੱਗਾ ਸ਼ਾਇਦ ਕਿ ਵੈਸੇ ਗਲਤੀ ਨਾਲ ਡਿੱਗ ਗਏ, ਕੁਛ ਵੀ ਹੋਇਆ। 2 ਸੈਕਿੰਡ ਦੇ ਅੰਦਰ ਅੰਦਰ ਇਹਨਾਂ ਨੇ ਫਿਰ ਸਾਡੇ ਭਾਂਡੇ ਚਲਾ ਚਲਾ ਕੇ ਮਾਰਨੇ ਸ਼ੁਰੂ ਕਰਤੇ। ਜਦੋਂ ਮੈਂ ਇਹਨਾਂ ਨੂੰ ਪੁੱਛਿਆ ਕਿ ਕੀ ਗੱਲ ਹੋਈ, ਠੀਕ ਹੈ, ਇਹਨਾਂ ਨੇ ਕੁਛ ਨਹੀਂ ਸੁਣਿਆ। ਸਾਰੇ ਜਿੰਨੇ ਵੀ ਸੀਗੇ, ਮੈਨੂੰ ਨਹੀਂ ਪਤਾ ਕਿ ਉਹ ਲੜਕੀ ਵਾਲੇ ਨੇ ਕਿ ਲੜਕੇ ਵਾਲੇ ਨੇ, ਠੀਕ ਹੈ, ਸਾਰਿਆਂ ਨੇ ਮੇਰੇ 'ਤੇ ਐਵੇਂ ਅਟੈਕ ਕੀਤਾ ਕਿ ਮਤਲਬ ਕਿ ਤੁਹਾਨੂੰ ਮੈਂ ਕੀ ਦੱਸਾਂ, ਮੇਰੇ ਸੱਟਾਂ ਵੇਖੋ ਜਿੰਨੀਆਂ ਕੁ ਵੱਜੀਆਂ ਹੋਈਆਂ, ਠੀਕ ਹੈ। ਮੇਰੇ ਇੰਜਰੀ ਇੱਥੋਂ ਮੇਰੇ ਬਾਂਹ ਬੜੀ ਮੁਸ਼ਕਲ ਨਾਲ ਉਹਦੇ 'ਚ ਮੈਂ ਮੂਵ ਕਰ ਰਿਹਾ, ਠੀਕ ਹੈ। ਮੈਨੂੰ ਤਾਂ ਇੱਕ ਵਾਰੀ ਤਾਂ ਇਹ ਚੀਜ਼ ਵੀ ਮੇਰੀ ਦੱਬੀ ਗਈ ਸੀਗੀ, ਠੀਕ ਹੈ। ਇੱਕ ਵਾਰੀ ਤਾਂ ਮੈਨੂੰ ਕੋਈ ਹੋਸ਼ ਨਹੀਂ ਰਿਹਾ, ਫਿਰ ਮੇਰੇ ਸਟਾਫ ਮੈਂਬਰ ਨੇ ਮੈਨੂੰ ਜਲਦੀ ਜਲਦੀ ਉਹ ਆਏ ਅਤੇ ਮੈਨੂੰ ਲੈ ਕੇ ਕਿਚਨ 'ਚ ਲੈ ਗਏ, ਠੀਕ ਹੈ। ਫਿਰ ਮੈਨੂੰ ਲੱਗਾ ਕਿ ਯਾਰ ਕਿ ਮੇਰੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਦੇ ਵੀ ਕੋਈ ਅਟੈਕ ਕਰ ਸਕਦੇ, ਕਿਉਂਕਿ ਨੈਚੁਰਲ ਜੀ ਗੱਲ ਹੈ। ਫਿਰ ਮੈਂ ਜਦੋਂ ਇੱਥੇ ਆਇਆ, ਠੀਕ ਹੈ, ਅਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ, ਮੈਂ ਵੇਖਿਆ ਕਿ ਉੱਥੇ ਵਾਹਵਾ ਰਸ਼ ਰੁਸ਼ ਹੀ ਹੈਗਾ। ਫਿਰ ਮੈਨੂੰ ਫਾਇਰ ਦੀ ਆਵਾਜ਼ ਆਈ ਆ, ਠੀਕ ਹੈ। ਫਿਰ ਕੀ ਕਹਿੰਦੇ ਨੇ, ਬਾਹਰੋਂ ਪਤਾ ਚੱਲਿਆ ਕਿ ਉਹ ਬੰਦੇ ਬਾਹਰੋਂ ਕਾਰ ਦੇ ਵਿੱਚੋਂ ਆਪਣੀ ਪਿਸਟਲਸ ਵਗੈਰਾ ਜੋ ਲੈ ਕੇ ਆ ਕੇ ਬਾਹਰ ਬਦਲੇ ਕਿ ਸੜਕ 'ਤੇ ਆ ਕੇ ਫਾਇਰ ਕਰਨੀ ਸਟਾਰਟ ਕਰਤੇ। ਤੁਹਾਡੇ CCTV ਕੈਮਰੇ ਦੇ ਵਿੱਚ ਵੀ ਆਇਆ ਜੀ? ਈਚ ਐਂਡ ਐਵਰੀਥਿੰਗ, ਸਾਰੀ ਚੀਜ਼ ਰਿਕਾਰਡਡ ਹੈ, ਠੀਕ ਹੈ, ਅਤੇ ਐਜ਼ ਏ ਪਰੂਫ ਮੈਂ ਉਹਨੂੰ ਤੁਹਾਨੂੰ ਸ਼ੋਅ ਕਰ ਸਕਦਾ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਰੋਹਿਤ ਹੈ, ਓਨਰ ਆਫ ਦਾ ਹੋਟਲ। ਫਾਇਰਿੰਗ ਦੀ ਘਟਨਾ ਜਿਹੜੀ ਸਾਹਮਣੇ ਆਈ ਹੈਗੀ ਹੈ, ਕੀ ਮਾਮਲਾ ਹੈਗਾ ਸਰ, ਕੀ ਕਾਰਵਾਈ ਕਰ ਰਹੇ ਹੈਗੇ ਉਹ? ਨਹੀਂ, ਵਿਆਹ ਦੇ ਵਿੱਚ ਕੋਈ ਆਪਸੀ ਕਿ ਤਕਰਾਰਬਾਜ਼ੀ ਹੋ ਗਈ ਇਹਨਾਂ ਦੀ, ਅਤੇ ਕੋਈ ਮਰਦਾ ਸੀ ਉਹ ਬਾਹਰ ਆ ਕੇ ਉਹਨੇ ਫਾਇਰ ਫੁਲ ਕਰਤਾ, ਉਹ ਟਰੇਸ ਕਰ ਰਹੇ ਹਾਂ ਅਸੀਂ, CCTV ਫੁਟੇਜ ਆ ਗਈ ਉਹਦੀ, ਉਹ ਪਰਚਾ ਦੇ ਰਹੇ ਹਾਂ ਅਸੀਂ। ਸਰ, ਉਸ ਟਾਈਮ ਦੇ ਉੱਤੇ ਪੁਲਿਸ ਵਾਲੇ ਵੀ ਮੌਜੂਦ ਹੈਗੇ ਸੀ ਜਦੋਂ ਉਹ ਫਾਇਰਿੰਗ ਕਰ ਰਿਹਾ ਸੀ, ਉਹਨਾਂ ਨੇ ਵੀ ਆਪਣੀ ਭੱਜ ਕੇ ਜਾਨ ਬਚਾਈ ਹੈਗੀ ਹੈ? ਹਾਂ, ਇੱਦਾਂ ਵੀ ਹੋਇਆ, ਕੁਛ ਕਰ ਰਹੇ ਹਾਂ ਸਾਰਾ, ਲੱਭ ਰਹੇ ਹਾਂ। ਆਵਾਜ਼ੀ ਕੰਮ TV ਲਈ ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।